ਤਾਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕੀਤਾ ਜਾਂਦਾ ਹੈ ਐਮਏ ਇਗਜ਼ਾਮ ਸਟੱਡੀ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤਾਂ ਹਾਂ ਜੀ ਦੋਸਤੋ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਬਾਇਓ ਮੰਥਲੀ ਨਵੰਬਰ ਦਾ ਐਸਐਸਟੀ ਦਾ ਸੈਂਪਲ ਪੇਪਰ ਵਿਦ ਸੋਲੂਸ਼ਨ ਲੈ ਕੇ ਆ ਚੁੱਕੇ ਹਾਂ ਪੂਰਾ ਸੋਲੂਸ਼ਨ ਅੱਗੇ ਵੀਡੀਓ ਵਿੱਚ ਦੱਸਾਂਗੇ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਦੇਖਣਾ ਤੇ ਜੇਕਰ ਤੁਸੀਂ ਵੀ ਇਸ ਦਾ ਸੈਂਪਲ ਪੇਪਰ ਪ੍ਰਾਪਤ ਕਰਨਾ ਚਾਹੁੰਦੇ ਹੋ ਪੀਡੀਐਫ ਤੇ ਉਸ ਲਈ ਤੁਸੀਂ ਟੈਲੀਗ੍ਰam ਚੈਨਲ ਨੂੰ ਜੁਆਇਨ ਜਰੂਰ ਕਰਨਾ ਸਾਰਿਆਂ ਤੋਂ ਪਹਿਲਾ ਪ੍ਰਸ਼ਨ 1 ਨੰਬਰ ਵਾਲਾ ਆਪਣਾ ਹੈਗਾ ਰੁੱਖਾਂ ਦੇ ਪੱਤਿਆਂ ਦੇ ਗਲਣ ਸੜਨ ਤੋਂ ਕਿਹੜੀ ਖਾਦ ਬਣਦੀ ਹੈ ਇਸ ਦਾ ਆਪਣਾ ਆਨਸਰ ਹੈਗਾ ਜੈਵਿਕ ਖਾਦ ਦੂਜਾ ਪ੍ਰਸ਼ਨ ਹੈਗਾ ਆਪਣਾ ਉਸ ਸਮੁੰਦਰੀ ਜਹਾਜ਼ ਦਾ ਨਾਮ ਦੱਸੋ ਜਿਸ ਨੂੰ ਜਾਪਾਨ ਨੇ ਤਿਆਰ ਕੀਤਾ ਹੈ ਅਤੇ ਜਿਸ ਦੀ ਵਰਤੋਂ ਸਮੁੰਦਰੀ ਖੇਤਰ ਵਿੱਚ ਤੇਲ ਦੀ ਖੋਜ ਕਰਨ ਲਈ ਕੀਤੀ ਜਾ ਰਹੀ ਹੈ ਇਸ ਦਾ ਆਪਣਾ ਆਨਸਰ ਹੈਗਾ ਸਾਗਰ ਸਮਰਾਟ ਤੀਜਾ ਪ੍ਰਸ਼ਨ ਕਿਹੜੀ ਕ੍ਰਾਂਤੀ ਦੇ ਸਿੱਟੇ ਵਜੋਂ 1967 68 ਪਿੱਛੋਂ ਫਸਲਾਂ ਦੇ ਉਤਪਾਦਨ ਵਿੱਚ ਤੇਜ਼ੀ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਇਸ ਦਾ ਆਪਣਾ ਆਨਸਰ ਹੈਗਾ ਹਰੀ ਕ੍ਰਾਂਤੀ ਚੌਥਾ ਪ੍ਰਸ਼ਨ ਹੈਗਾ ਕੋਈ ਇੱਕ ਭੂਮੀ ਸੁਧਾਰ ਲਿਖੋ ਆਨਸਰ ਹੈਗਾ ਇਸ ਦਾ ਜ਼ਿਮੀਦਾਰੀ ਪ੍ਰਥਾ ਦਾ ਖਾਤਮਾ ਪ੍ਰਸ਼ਨ ਨੰਬਰ 5 ਹੈਗਾ ਕਨਈਆ ਮਿਸਲ ਦੀ ਉਸ ਨੇਤਾ ਦਾ ਨਾਮ ਦੱਸੋ ਜਿਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਆਰੰਭਿਕ ਜੀਵਨ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ ਇਸ ਦਾ ਆਨਸਰ ਹੈਗਾ ਸਦਾਕੌਰ 6ਵਾਂ ਪ੍ਰਸ਼ਨ ਉਹ ਕਿਹੜੀ ਜਿੱਤ ਸੀ ਜਿਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਫੁੱਲਾ ਸਿੰਘ ਦੀਆਂ ਸੇਵਾਵਾਂ ਪ੍ਰਾਪਤ ਹੋਈਆਂ ਅਨਸਰ ਹੈਗਾ ਅੰਮ੍ਰਿਤਸਰ ਦੀ ਜਿੱਤ ਸਤਵਾਂ ਪ੍ਰਸ਼ਨ ਹੈਗਾ ਗਰੀਬ ਅਤੇ ਲਾਤੜੇ ਗਏ ਭਾਰਤੀ ਲੋਕਾਂ ਨੂੰ ਛੇਤੀ ਅਤੇ ਸਸਤਾ ਨਿਆਂ ਦਵਾਨ ਲਈ ਕਿਹੜੀ ਅਦਾਲਤਾਂ ਹੋਂਦ ਵਿੱਚ ਆਈਆਂ ਇਸ ਦਾ ਅਨਸਰ ਹੈਗਾ ਲੋਕ ਅਦਾਲਤਾਂ ਉਸ ਤੋਂ ਅੱਗੇ 8ਵਾਂ ਪ੍ਰਸ਼ਨ ਹੈਗਾ 1885 ਵਿੱਚ ਏ ਉਹ ਹਿਊਮ ਦੀ ਅਗਵਾਈ ਵਿੱਚ ਕਿਹੜਾ ਰਾਜਨੀਤਿਕ ਦਲ ਹੋਂਦ ਵਿੱਚ ਆਇਆ ਇਸ ਦਾ ਅਨਸਰ ਹੈਗਾ ਨੈਸ਼ਨਲ ਕਾਂਗਰਸ ਉਹ ਤੋਂ ਅੱਗੇ ਆ ਜਾਂਦਾ ਆਪਣਾ ਪਗੋਲ 2 ਨੰਬਰ ਵਾਲੇ ਪ੍ਰਸ਼ਨ ਹੈਗੇ ਨੇ ਹਰੀ ਕ੍ਰਾਂਤੀ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਲਿਖੋ ਇਸ ਦਾ ਆਨਸਰ ਹੈਗਾ ਨੰਬਰ 1 ਇਸ ਤੋਂ ਖੇਤੀ ਦਾ ਮਸ਼ੀਨੀਕਰਨ ਹੋ ਜਾਂਦਾ ਹੈ ਅਤੇ ਉਤਪਾਦਨ ਵਿੱਚ ਬਹੁਤ ਵਾਧਾ ਹੁੰਦਾ ਹੈ ਨੰਬਰ 2 ਜੁताई ਬਜਾਈ ਅਤੇ ਗਹਾਈ ਦਾ ਲਈ ਮਸ਼ੀਨਾਂ ਦਾ ਪ੍ਰਯੋਗ ਹੁੰਦਾ ਹੈ ਰਸਾਇਣਿਕ ਖਾਦਾਂ ਅਤੇ ਚੰਗੀ ਕਿਸਮ ਦੇ ਬੀਜਾਂ ਦਾ ਪ੍ਰਯੋਗ ਵੀ ਕੀਤਾ ਜਾਂਦਾ ਹੈ ਸਵਾਲ ਨੰਬਰ 1 ਭਾਰਤ ਵਿੱਚ ਪੌਣ ਸ਼ਕਤੀ ਦਾ ਕੀ ਮਹੱਤਵ ਹੈ? ਉੱਤਰ ਹੈਗਾ ਇਸ ਦਾ ਪੌਣ ਸ਼ਕਤੀ ਅਨੰਤ ਸ਼ਕਤੀ ਹੈ ਅਤੇ ਇਸ ਦੀ ਵਰਤੋਂ ਵਿੱਚ ਖਰਚ ਵੀ ਘੱਟ ਆਉਂਦਾ ਹੈ। ਇਸ ਨਾਲ ਦੂਰ ਦੁਰਾਡੇ ਸਥਿਤ ਥਲੀ ਸਾਧਨਾ ਉੱਤੇ ਪੌਣ ਸ਼ਕਤੀ ਨਾਲ ਨਵੇਂ ਉਦਯੋਗ ਕਾਇਮ ਕੀਤੇ ਜਾ ਸਕਦੇ ਹਨ। ਭਾਰਤ ਵਿੱਚ ਪ੍ਰਯੋਗ ਨੰਬਰ 1 ਇਸ ਨਾਲ ਦੇਹਾਂਤੀ ਖੇਤਰ ਵਿੱਚ ਸਿੰਚਾਈ ਦਾ ਕੰਮ ਲਿਆ ਜਾ ਰਿਹਾ ਹੈ। ਨੰਬਰ 2 ਪੌਣ ਕੇਂਦਰ ਬਣਾ ਕੇ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਹੈ ਅਤੇ ਇਥੋਂ ਪੈਦਾ ਹੋਣ ਵਾਲੀ ਬਿਜਲੀ ਨੂੰ ਗ੍ਰਿਡ ਪ੍ਰਣਾਲੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਉਸ ਤੋਂ ਅੱਗੇ 11ਵਾਂ ਪ੍ਰਸ਼ਨ ਦੇ ਵਿੱਚ ਹੈਗਾ ਭਾਰਤ ਦੇ ਨਕਸ਼ੇ ਵਿੱਚ ਗੰਨਾ ਕਪਾਹ ਉਤਪਾਦਨ ਖੇਤਰ ਕੱਚਾ ਲੋਹਾ ਕੋਲਾਰ ਸੋਨਾ ਖੇਤਰ ਦਰਸਾਓ। ਤਾਂ ਇਹ ਤੁਸੀਂ ਕਰ ਲੈਣਾ ਆਪਦੀ ਨਕਸ਼ੇ ਨੂੰ ਦੇਖ ਕੇ। ਉਸ ਤੋਂ ਅੱਗੇ ਆ ਜਾਂਦਾ ਆਪਣਾ ਅਰਥ ਸ਼ਾਸਤਰ। ਭਾਰਤ 12ਵਾਂ ਪ੍ਰਸ਼ਨ ਹੈਗਾ ਭਾਰਤੀ ਖੇਤੀ ਦੀਆਂ ਕੋਈ ਦੋ ਸਮੱਸਿਆਵਾਂ ਲਿਖੋ। 1 ਅੰਕ ਦਾ। ਇਸ ਦਾ ਆਨਸਰ ਹੈਗਾ ਨੰਬਰ 1 ਮਨੁੱਖੀ ਸਮੱਸਿਆਵਾਂ ਭਾਰਤੀ ਖੇਤੀ ਦੇ ਪਿਛੜੇ ਪਣ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਸਾਡੇ ਦੇਸ਼ ਵਿੱਚ ਖੇਤੀ ਉੱਤੇ ਬਹੁਤ ਜ਼ਿਆਦਾ ਲੋਕ ਨਿਰਭਰ ਕਰਦੇ ਹਨ ਜ਼ਮੀਨ ਉੱਤੇ ਜਨਸੰਖਿਆ ਦਾ ਵਧੇ ਰਿਦਵਾ ਹੋਣ ਦੇ ਕਾਰਨ ਉਪਵੰਡ ਅਤੇ ਵਿਖੰਡਣ ਦੀ ਸਮੱਸਿਆ ਪੈਦਾ ਹੋਈ ਹੈ ਅਤੇ ਛਿਪੀ ਹੋਈ ਬੇਰੁਜ਼ਗਾਰੀ ਵਧੀ ਹੈ ਨੰਬਰ 2 ਹੈਗਾ ਸੰਸਥਾਗਤ ਸਮੱਸਿਆਵਾਂ ਭਾਰਤ ਵਿੱਚ ਬਹੁਤ ਜ਼ਿਆਦਾ ਖੇਤ ਬਹੁਤ ਛੋਟੇ ਛੋਟੇ ਹਨ ਖੇਤਾਂ ਦੇ ਛੋਟੇ-ਛੋਟੇ ਹੋਣ ਦੇ ਕਾਰਨ ਉਹਨਾਂ ਉੱਤੇ ਵਿਗਿਆਨਿਕ ਢੰਗ ਨਾਲ ਖੇਤੀ ਕਰਨਾ ਮੁਸ਼ਕਲ ਹੋ ਜਾਂਦਾ ਹੈ ਇਸ ਨਾਲ ਪਸ਼ੂਆਂ ਯੰਤਰਾਂ ਅਤੇ ਸਿੰਚਾਈ ਖੇਤਰ ਦੀ ਫਜ਼ੂਲ ਖਰਚੀ ਹੁੰਦੀ ਹੈ ਨੰਬਰ 3 ਹੈਗਾ ਤਕਨੀਕੀ ਸਮੱਸਿਆਵਾਂ ਨੰਬਰ 1 ਸਿੰਚਾਈ ਦੀਆਂ ਘਟ ਸੂਲਤਾ ਨੰਬਰ 2 ਪੁਰਾਣੇ ਖੇਤੀ ਉਜਾਰ ਨੰਬਰ 3 ਖੇਤੀ ਦੇ ਪੁਰਾਣੇ ਤਰੀਕੇ ਨੰਬਰ 4 ਉન્નਤ ਬੀਜਾਂ ਦੀ ਕਮੀ ਉਸ ਤੋਂ ਅੱਗੇ ਦੋਸ਼ਪੂਰਨ ਵਿਕਰੀ ਪ੍ਰਣਾਲੀ ਫਸਲਾਂ ਦੀਆਂ ਬਿਮਾਰੀਆਂ ਅਤੇ ਟਿੱਡੀਆਂ ਦਾ ਹਮਲਾ ਉਸ ਤੋਂ ਅੱਗੇ ਹੈਗਾ ਆਪਣਾ ਪ੍ਰਸ਼ਨ 13ਵਾਂ ਭਾਰਤੀ ਅਰਥਵਿਵਸਥਾ ਵਿੱਚ ਖੇਤੀਬਾੜੀ ਦਾ ਕੀ ਮਹੱਤਵ ਹੈ ਦੋ ਅੰਕਾਂ ਦਾ ਜਿਹੜਾ ਪ੍ਰਸ਼ਨ ਆਪਾਂ ਨੂੰ ਆ ਸਕਦਾ ਹੈ ਉੱਤਰ ਹੈਗਾ ਨੰਬਰ 1 ਉਤਪਾਦਨ ਵਿੱਚ ਵਾਧਾ ਹਰੀ ਕ੍ਰਾਂਤੀ ਦੇ ਸਿੱਟੇ ਵਜੋਂ 1967 68 ਅਤੇ ਉਸ ਦੇ ਬਾਅਦ ਦੇ ਸਾਲਾਂ ਵਿੱਚ ਫਸਲਾਂ ਵਿੱਚ ਬਹੁਤ ਤੇਜ਼ ਗਤੀ ਨਾਲ ਵਾਧਾ ਹੋਇਆ ਫਸਲਾਂ ਦੇ ਆਯਾਤ ਵਿੱਚ ਕਮੀ ਹਰੀ ਕ੍ਰਾਂਤੀ ਦੇ ਸਿੱਟੇ ਵਜੋਂ ਭਾਰਤ ਵਿੱਚ ਖਾਦ ਅੰਨ ਦੇ ਆਯਾਤ ਪਹਿਲਾਂ ਨਾਲੋਂ ਘੱਟ ਹੋਣ ਲੱਗੇ ਹਨ ਇਸ ਦਾ ਮੁੱਖ ਕਾਰਨ ਦੇਸ਼ ਵਿੱਚ ਉਤਪਾਦਨ ਦਾ ਵਧੇਰੇ ਹੋਣਾ ਹੈ ਵਪਾਰ ਵਿੱਚ ਵਾਧਾ ਹਰੀ ਕ੍ਰਾਂਤੀ ਦੇ ਸਿੱਟੇ ਵਜੋਂ ਉਤਪਾਦਨ ਵਿੱਚ ਕਾਫੀ ਵਾਧਾ ਹੋਇਆ ਹੈ ਇਸ ਨਾਲ ਖੇਤੀਬਾੜੀ ਉਤਪਾਦਕਾਂ ਦੀ ਬਾਜ਼ਾਰ ਪੂਰਤੀ ਵਿੱਚ ਵਾਧਾ ਹੋਇਆ ਹੈ ਇਸ ਨਾਲ ਘਰੇਲੂ ਅਤੇ ਵਿਦੇਸ਼ੀ ਵਪਾਰ ਵਧਿਆ ਹੈ ਵਧਿਆ ਹੋਇਆ ਖੇਤੀਬਾੜੀ ਉਤਪਾਦਨ ਰਿਆਤ ਵੀ ਕੀਤਾ ਜਾਣ ਲੱਗਿਆ ਹੈ ਉਸ ਤੋਂ ਅਗੇ ਪ੍ਰਸ਼ਨ 14 ਹਰੀ ਕ੍ਰਾਂਤੀ ਭਾਰਤ ਵਿੱਚ ਅੰਨ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਕਿਵੇਂ ਸਹਾਇੀ ਹੋ ਰਹੀ ਹੈ ਤਾਂ ਇਹ ਜਿਹੜਾ ਪ੍ਰਸ਼ਨ ਤੁਸੀਂ ਆਪਦੀ ਨੋਟਬੁੱਕ ਦੇ ਵਿੱਚੋਂ ਜਿਹੜਾ ਕਰ ਲੈਣਾ ਉਸ ਤੋਂ ਅੱਗੇ ਆ ਜਾਂਦਾ ਆਪਣਾ ਇਤਿਹਾਸ ਪ੍ਰਸ਼ਨ 15ਵਾਂ ਚੱਪੜ ਚਿੜੀ ਦੀ ਲੜਾਈ ਦਾ ਵਰਣਨ ਕਰੋ 2 ਅੰਕਾਂ ਦਾ ਪ੍ਰਸ਼ਨ ਜਿਹੜਾ ਆਪਾਂ ਨੂੰ ਪੁੱਛਿਆ ਜਾ ਸਕਦਾ ਅਨਸਰ ਹੈਗਾ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਜੀਵਨ ਭਰ ਤੰਗ ਕੀਤਾ ਸੀ ਇਸ ਤੋਂ ਇਲਾਵਾ ਉਸਨੇ ਗੁਰੂ ਸਾਹਿਬ ਦੇ ਦੋ ਸ਼ਹਿਜ਼ਾਦਿਆਂ ਸਰਹੰਦ ਦੇ ਵਿੱਚ ਹੀ ਕੰਧਾਂ ਵਿੱਚ ਚਨਵਾ ਦਿੱਤਾ ਸੀ ਇਸ ਲਈ ਬੰਦਾ ਸਿੰਘ ਬਹਾਦਰ ਇਸ ਦਾ ਬਦਲਾ ਲੈਣਾ ਚਾਹੁੰਦਾ ਸੀ ਜਿਉਂ ਹੀ ਉਹ ਸਰਹੰਦ ਵੱਲ ਵਧਿਆ ਹਜ਼ਾਰਾਂ ਲੋਕ ਉਸ ਦੇ ਝੰਡੇ ਹੇਠ ਇਕੱਠੇ ਹੋ ਗਏ ਸਰਹੰਦ ਦੇ ਕਰਮਚਾਰੀ ਸੁੱਚਾ ਨੰਦ ਦਾ ਭਤੀਜਾ ਵੀ 1000 ਸੈਨਿਕ ਨਾਲ ਬੰਦਾ ਸਿੰਘ ਬਹਾਦਰ ਦੀ ਸੈਨਾ ਨਾਲ ਜਾ ਮਿਲਿਆ ਪਰੰਤੂ ਬਾਅਦ ਵਿੱਚ ਉਸ ਨੇ ਧੋਖਾ ਦਿੱਤਾ ਦੂਜੇ ਪਾਸੇ ਵਜ਼ੀਰ ਖਾਨ ਕੋਲ ਲਗਭਗ 20000 ਸੈਨਿਕ ਸਨ ਸਰਹੰਦ ਤੋਂ ਲਗਭਗ 16 ਕਿਲੋਮੀਟਰ ਪੂਰਬ ਵਿੱਚ ਚੱਪੜ ਚਿੜੀ ਦੇ ਸਥਾਨ ਤੇ 22 ਮਈ 1710 ਈਸਵੀ ਨੂੰ ਦੋਹਾਂ ਫੌਜਾਂ ਵਿੱਚ ਕਮਸਾਣ ਦਾ ਯੁੱਧ ਹੋਇਆ। ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੁਸ਼ਮਣ ਦੇ ਸੈਨਿਕ ਵੱਡੀ ਗਿਣਤੀ ਵਿੱਚ ਸਿੱਖਾਂ ਦੀਆਂ ਤਲਵਾਰਾਂ ਦੇ ਸ਼ਿਕਾਰ ਹੋਏ। ਵਜ਼ੀਰ ਖਾਨ ਦੀ Laash ਨੂੰ ਇੱਕ ਦਰਖਤ ਉੱਤੇ ਟੰਗ ਦਿੱਤਾ ਗਿਆ। ਸੂਚਾਨੰਦ ਜਿਸ ਨੇ ਸਿੱਖਾਂ ਤੇ ਅਤਿਆਚਾਰ ਕਰਵਾਏ ਸਨ, ਦੇ ਨੱਕ ਵਿੱਚ ਨਕੇਲ ਪਾ ਕੇ ਸ਼ਹਿਰ ਵਿੱਚ ਉਸ ਦਾ ਜਲੂਸ ਕੱਢਿਆ ਗਿਆ। ਉਸ ਤੋਂ ਅੱਗੇ ਹੈਗਾ 16ਵਾਂ ਪ੍ਰਸ਼ਨ ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਬਾਰੇ ਤੁਸੀਂ ਕੀ ਜਾਣਦੇ ਹੋ ਉੱਤਰ ਹੈਗਾ ਇਸ ਦਾ ਮਹਾਰਾਜਾ ਰਣਜੀਤ ਸਿੰਘ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਉਸ ਨੂੰ ਬਚਪਨ ਵਿੱਚ ਲਾੜ ਪਿਆਰ ਨਾਲ ਪਾਲ ਲਿਆ ਗਿਆ ਸੀ 5 ਸਾਲ ਦੀ ਉਮਰ ਵਿੱਚ ਉਸ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਗੁਜਰਾਵਾਲਾ ਵਿੱਚ ਭਾਈ ਭਾਗ ਸਿੰਘ ਦੀ ਧਰਮਸ਼ਾਲਾ ਵਿੱਚ ਭੇਜਿਆ ਗਿਆ ਪ੍ਰੰਤੂ ਉਸ ਨੇ ਪੜਾਈ ਲਿਖਾਈ ਵਿੱਚ ਕੋਈ ਵਿਸ਼ੇਸ਼ ਰੁਚੀ ਨਾ ਲਈ ਇਸ ਲਈ ਉਹ ਅਨਪੜ੍ਹ ਹੀ ਰਿਹਾ ਉਹ ਆਪਣਾ ਜ਼ਿਆਦਾਤਰ ਸਮਾਂ ਸ਼ਿਕਾਰ ਖੇਡਣ, ਘੋੜਸਵਾਰੀ ਕਰਨ ਅਤੇ ਤਲਵਾਰਬਾਜ਼ੀ ਸਿੱਖਣ ਵਿੱਚ ਹੀ ਬਤੀਤ ਕਰਦਾ ਸੀ ਇਸ ਲਈ ਉਹ ਬਚਪਨ ਵਿੱਚ ਹੀ ਇੱਕ ਚੰਗਾ ਘੋੜਸਵਾਰ, ਤਲਵਾਰਬਾਜ਼ ਅਤੇ ਨਪੁੰਨ ਤੀਰਅੰਦਾਜ਼ ਬਣ ਗਿਆ ਸੀ। ਬਚਪਨ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਚੇਚਕ ਦੇ ਭਿਆਨਕ ਰੋਗ ਨੇ ਆ ਕੇ ਰਿਆ। ਇਸ ਰੋਗ ਦੇ ਕਾਰਨ ਉਸਦੇ ਚਿਹਰੇ ਉੱਤੇ ਡੂੰਘੇ ਦਾਗ ਪੈ ਗਏ ਅਤੇ ਉਸਦੀ ਖੱਬੀ ਅੱਖ ਵੀ ਜਾਂਦੀ ਰਹੀ। ਉਸ ਤੋਂ ਕੇ 17ਵਾਂ ਪ੍ਰਸ਼ਨ ਆਪਾਂ ਨੂੰ ਇੱਕ ਪੈਰਾ ਦਿੱਤਾ ਗਿਆ ਜਿਸ ਦੇ ਵਿੱਚੋਂ ਆਪਾਂ ਆਨਸਰ ਫਾਈਂਡ ਕਰਨੇ ਨੇ। ਫੈਜਲਪੁਰੀਆ ਮਿਸਲ ਸਭ ਤੋਂ ਪਹਿਲਾਂ ਕਾਇਮ ਹੋਣ ਵਾਲੀ ਮਿਸਲ ਸੀ ਇਸ ਮਿਸਲ ਦਾ ਮੋਢੀ ਨਵਾਬ ਕਪੂਰ ਸਿੰਘ ਸੀ ਇਸ ਮਿਸਲ ਨੂੰ ਸਿੰਘਪੁਰੀਆ ਮਿਸਲ ਵੀ ਕਿਹਾ ਜਾਂਦਾ ਹੈ ਨਵਾਬ ਕਪੂਰ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਭਤੀਜਾ ਖੁਸ਼ਹਾਲ ਸਿੰਘ ਇਸ ਮਿਸਲ ਦਾ ਨੇਤਾ ਬਣਿਆ ਜਲੰਧਰ ਨੂਰਪੁਰ ਬਹਿਰਾਮਪੁਰ ਅਤੇ ਪੱਟੀ ਇਸ ਮਿਸਲ ਦੇ ਪ੍ਰਮੁੱਖ ਖੇਤਰ ਸਨ ਬਾਅਦ ਵਿੱਚ ਬੁੱਧ ਸਿੰਘ ਨੂੰ ਹੂਰਾ ਪੂਰਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਮਿਸਲ ਸੱਜਾ ਕਰ ਲਿਆ ਹਰਾ ਕੇ ਇਸ ਤੋਂ ਪਹਿਲਾ ਪ੍ਰਸ਼ਨ ਹੈਗਾ ਨਵਾਬ ਕਪੂਰ ਸਿੰਘ ਕੌਣ ਸੀ ਇਸ ਦਾ ਆਨਸਰ ਹੈਗਾ ਫੈਜ਼ਲਪੁਰੀਆ ਮਿਸਲ ਦਾ ਮੋਢੀ ਨਵਾਬ ਕਪੂਰ ਸਿੰਘ ਸੀ ਦੂਜਾ ਹੈਗਾ ਫੈਜ਼ਲਪੁਰੀਆ ਮਿਸਲ ਦੇ ਪ੍ਰਮੁੱਖ ਖੇਤਰ ਕਿਹੜੇ ਸਨ ਆਨਸਰ ਹੈਗਾ ਜਲੰਧਰ ਨੂਰਪੁਰ ਬਹਿਰਾਮਪੁਰ ਅਤੇ ਪੱਟੀ ਤੀਜਾ ਹੈਗਾ ਫੈਜ਼ਲਪੁਰੀਆ ਮਿਸਲ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਦਾ ਆਨਸਰ ਹੈਗਾ ਸਿੰਘਪੁਰੀਆ ਮਿਸਲ ਉਸ ਤੋਂ ਅੱਗੇ ਆਇਆ ਇਹਦਾ ਆਪਣਾ ਲਾਸਟ ਭਾਗ ਨਾਗਰਿਕ ਸ਼ਾਸਤਰ ਥਾਰਮਾ ਪ੍ਰਸ਼ਨ ਹੈਗਾ ਰਾਜ ਦੇ ਮੁੱਖ ਮੰਤਰੀ ਦੀ ਨਿਯੁਕਤੀ ਕਿਵੇਂ ਕੀਤੀ ਜਾਂਦੀ ਹੈ ਇੱਕ ਅੰਕ ਦਾ ਆਪਣਾ ਪ੍ਰਸ਼ਨ ਆਪਾਂ ਨੂੰ ਪੁੱਛਿਆ ਜਾ ਸਕਦਾ ਹੈ ਆਨਸਰ ਹੈਗਾ ਮੁੱਖ ਮੰਤਰੀ ਦੀ ਨਿਯੁਕਤੀ ਰਾਜ ਦੇ ਰਾਜਪਾਲ ਵੱਲੋਂ ਕੀਤੀ ਜਾਂਦੀ ਹੈ ਰਾਜਪਾਲ ਵਿਧਾਨ ਸਭਾ ਦੇ ਬਹੁਮਲ ਬਹੁਮਤ ਦਲ ਦੇ ਨੇਤਾ ਨੂੰ ਮੁੱਖ ਮੰਤਰੀ ਨਿਯੁਕਤ ਕਰਦਾ ਹੈ ਮੁੱਖ ਮੰਤਰੀ ਦੀ ਸਲਾਹ ਉੱਤੇ ਉਹ ਦੂਸਰੇ ਮੰਤਰੀਆਂ ਨੂੰ ਨਿਯੁਕਤ ਕਰਦਾ ਹੈ ਉਸ ਤੋਂ ਅੱਗੇ 19ਵਾਂ ਪ੍ਰਸ਼ਨ ਲੋਕ ਅਦਾਲਤਾਂ ਤੋਂ ਕੀ ਭਾਵ ਹੈ ਲੋਕ ਅਦਾਲਤਾਂ ਗਰੀਬ ਅਤੇ ਸ਼ੋਸ਼ਿਤ ਲੋਕਾਂ ਨੂੰ ਜਲਦੀ ਨਿਆਂ ਦਿਵਾਉਣ ਦੇ ਲਈ ਕੁਝ ਸਮਾਂ ਪਹਿਲਾਂ ਦੇਸ਼ ਵਿੱਚ ਲੋਕ ਅਦਾਲਤਾਂ ਕਾਇਮ ਕੀਤੀਆਂ ਗਈਆਂ 6 ਅਕਤੂਬਰ 1985 ਨੂੰ ਪਹਿਲੀ ਲੋਕ ਅਦਾਲਤ ਦਿੱਲੀ ਵਿੱਚ ਬੈਠੀ ਸੀ ਇਸ ਵਿੱਚ ਹਾਦਸਿਆਂ ਸੰਬੰਧੀ 150 ਕੇਸਾਂ ਨੂੰ ਨਿਪਟਾਇਆ ਗਿਆ ਸੀ ਬੀਮਾ ਪ੍ਰਸ਼ਨ ਹੈਗਾ ਭਾਰਤ ਦੀ ਕਿਸੇ ਇੱਕ ਰਾਜਨੀਤਿਕ ਦਲ ਉੱਤੇ ਨੋਟ ਲਿਖੋ ਆਨਸਰ ਹੈਗਾ ਭਾਰਤੀ ਜਨਤਾ ਪਾਰਟੀ ਦਾ ਗਠਨ 6 ਅਪ੍ਰੈਲ 1980 ਨੂੰ ਹੋਇਆ ਦੇਸ਼ੀ ਅਟਲ ਬਿਹਾਰੀ ਵਾਜਪਾਈ ਨੂੰ ਨੂੰ ਨਾਲ ਇਸ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ ਇਸ ਸੰਤੀ ਪਾਰਟੀ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਹੈ ਅੱਜ ਵੀ ਇਹ ਦਲ ਭਾਰਤੀ ਰਾਜਨੀਤਿਕ ਵਿੱਚ ਬੜਾ ਸਰਗਰਮ ਹੈ ਇਸ ਦਲ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਵਰਣਨ ਇਸ ਤਰ੍ਹਾਂ ਹੈ ਨੰਬਰ 1 ਧਰਾਂ 370 ਨੂੰ ਹਟਾਉਣਾ ਨੰਬਰ 2 ਸਮਾਨ ਸਿਵਲ ਕਾਨੂੰਨ ਲਾਗੂ ਕਰਨਾ ਨੰਬਰ 3 ਤਿਵਾੜੀ ਨੂੰ ਪਹਿਲ ਦੇਣਾ ਨੰਬਰ 4 ਬੇਰੁਜ਼ਗਾਰੀ ਨੂੰ ਦੂਰ ਕਰਨਾ ਨੰਬਰ 5 ਲੋਕਤੰਤਰ ਨੂੰ ਮਜ਼ਬੂਤ ਬਣਾਉਣਾ ਤਾਂ ਹਾਂਜੀ ਦੋਸਤੋ ਇਹ ਸੀ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਐਸਐਸਟੀ ਦਾ ਸੈਂਪਲ ਪੇਪਰ ਜੇਕਰ ਤੁਸੀਂ ਚੈਨਲ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਬੈਲ ਆਈਕਨ ਨੂੰ ਆਲਟ ਤੇ ਪ੍ਰੈਸ ਜ਼ਰੂਰ ਕਰਨਾ ਤਾਂ ਜੋ ਤੁਹਾਨੂੰ ਵੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਜੋ ਮਿਲ ਸਕੇ ਧੰਨਵਾਦ